ਅੱਜ ਮੈਂ 5 ਮਿੰਟ ਖਤਮ ਕਰ ਦਵਾਂਗੀ ਜੀ। ਅੱਜ ਤੁਸੀਂ ਸਾਰੇ ਇੱਥੇ ਚੇਤ ਦੀ ਆਰੰਭਤਾ ਦਾ ਆਗਮਨ ਸੈਲੀਬ੍ਰੇਟ ਕਰ ਰਹੇ ਹੋ ਤੇ ਇਸ ਦੇ ਨਾਲ ਨਾਲ ਇੱਕ ਹੋਰ ਗੁਰਪੁਰਬ ਹੈ ਜਿਹੜਾ ਅੱਜ ਦੇ ਦਿਨ ਹੈਗਾ 14 ਮਾਰਚ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਗੁਰਗੱਦੀ ਦਿਵਸ। ਇਹ ਗੁਰਗੱਦੀ ਦਿਵਸ ਸਿੱਖ ਜਗਤ ਵਿੱਚ ਹੁਣ ਪਿਛਲੇ 3 ਸਾਲਾਂ ਤੋਂ ਸਿੱਖ ਵਾਤਾਵਰਣ ਦਿਵਸ ਦੇ ਰੂਪ ਵਿੱਚ ਮਨਾਇਆ ਜਾ ਰਿਹਾ ਹੈ। ਸਿੱਖ ਵਾਤਾਵਰਣ ਦਿਵਸ ਕੀ ਹੈ ਜੀ? ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ ਤੋਂ ਇੱਕ ਸੋਚ, ਇੱਕ ਜੀਵਨ ਜਾਂਚ ਸਿੱਖਾਂ ਨੇ ਸ਼ੁਰੂ ਕੀਤੀ ਹੈ ਸਿੱਖਣੀ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਸਾਰੀ ਉਹਨਾਂ ਨੇ ਆਪਣੀ ਜੀਵਨ, ਸਾਰਾ ਜੀਵਨ ਉਹਨਾਂ ਨੇ ਕੁਦਰਤ ਦੀ ਰੱਖਿਆ ਸੁਰੱਖਿਆ ਵਾਸਤੇ ਕੰਮ ਕੀਤਾ। ਆਪ ਜੀ ਨੇ ਕੀਰਤਪੁਰ ਸਾਹਿਬ ਵਿਖੇ 9 ਲੱਖੇ ਬਾਗ ਦੀ ਸੇਵਾ ਕੀਤੀ, ਉੱਥੇ ਜੜੀ ਬੂਟੀਆਂ ਹਰਬਲ ਗਾਰਡਨ ਇੱਕ ਬਣਾਇਆ ਅਤੇ ਜੀਵਾਂ ਦਾ, ਜੰਗਲੀ ਜੀਵਾਂ ਦਾ ਸੰਗ੍ਰਹਿ ਕੀਤਾ। ਅੱਜ ਸਾਰੀ ਦੁਨੀਆ ਦੇ ਵਿੱਚ ਇਸ ਦਿਨ ਨੂੰ ਸਿੱਖ ਵਾਤਾਵਰਣ ਦਿਵਸ ਦੇ ਰੂਪ ਵਿੱਚ ਮਨਾਇਆ ਜਾ ਰਿਹਾ ਹੈ। ਇਹ ਕਿਉਂ ਕੀਤਾ ਜਾ ਰਿਹਾ ਹੈ ਜੀ? ਕਿਉਂਕਿ ਗੁਰੂ ਸਾਹਿਬ ਦਾ ਫਰਮਾਨ ਹੈ ਜੀ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਕਿ ਅਸੀਂ ਸੋਚਦੇ ਹਾਂ ਕਿ ਸਾਡਾ ਪਿਤਾ ਇਹ ਜਿਹੜੀ ਅਸੀਂ ਜੀਵਨ 'ਚ ਜੋ ਉਹਨਾਂ ਜਿਹਨਾਂ ਨੂੰ ਅਸੀਂ ਦੇਖਦੇ ਹਾਂ ਉਹ ਸਾਡਾ ਪਿਤਾ ਹੈ, ਪਰ ਗੁਰੂ ਸਾਹਿਬਾਨ ਦਾ ਫੁਰਮਾਨ ਹੈ ਕਿ ਪਵਨ ਜਿਹੜਾ ਹੈ ਸਾਡੀ ਗੁਰੂ ਹੈ ਅਤੇ ਪਾਣੀ ਜਿਸ ਤੋਂ ਜੀਵਨ ਉਪਜਿਆ ਹੈ ਉਹ ਸਾਡਾ ਪਿਤਾ ਹੈ, ਕਿਉਂਕਿ ਉਸਨੇ ਜੀਵਨ ਨੂੰ ਜਨਮ ਦਿੱਤਾ ਹੈ ਅਤੇ ਇਹ ਧਰਤੀ ਇਹ ਮਾਂ ਹੈ, ਇਹਦੇ ਵਿੱਚੋਂ ਸਾਡੀ ਸਿਰਜਣਾ ਹੋਈ ਹੈ, ਅਸੀਂ ਮਿੱਟੀ ਦੇ ਬਣੇ ਹਾਂ, ਇਸੇ ਧਰਤੀ 'ਚੋਂ ਅਸੀਂ ਉਪਜੇ ਹਾਂ। ਅਤੇ ਅੱਜ ਮੈਂ ਤੁਹਾਨੂੰ ਸਾਰਿਆਂ ਨੂੰ ਇਸ ਗੱਲ ਲਈ ਇਨਵਾਈਟ ਕਰਦੀ ਹਾਂ ਕਿ ਤੁਸੀਂ ਸਾਰੇ ਵੀ ਬੀਂਗ ਸਿੱਖ ਮੀਨਸ ਬੀਂਗ ਕਾਇੰਡ ਟੂ ਨੇਚਰ, ਇਸ ਧਰਤੀ ਨਾਲ, ਇਸ ਪਵਨ ਨਾਲ, ਇਸ ਗੁਰੂ ਨਾਲ, ਇਸ ਪਾਣੀ ਨਾਲ ਜੋ ਸਾਡਾ ਪਿਤਾ ਹੈ, ਪਿਆਰ ਦਾ ਇੱਕ ਸੰਦੇਸ਼ ਸਿੱਖ ਸਾਰੇ ਜਗਤ ਨੂੰ ਆਪਾਂ ਸ਼ੋਅ ਕਰੀਏ। ਅਸੀਂ ਕਹਿਣਾ ਕੀ ਹੈ ਜੀ, ਅਸੀਂ ਬਹੁਤ ਕੁਝ ਕਰ ਸਕਦੇ ਹਾਂ ਪਰ ਸਾਨੂੰ ਪਤਾ ਨਹੀਂ ਹੁੰਦਾ ਅਸੀਂ ਕੀ ਕਰਨਾ ਹੈ। ਸਿਰਫ ਆਪਣੀ ਆਪਣੀ ਰਿਸਪੋਂਸੀਬਿਲਿਟੀ ਲੈਣੀ ਹੈ। ਜੇ ਮੈਂ ਇੱਕ ਮਾਂ ਹਾਂ, ਇੱਕ ਬੇਟੀ ਹਾਂ, ਇੱਕ ਔਰਤ ਹਾਂ, ਤਾਂ ਮੈਂ ਕੀ ਕਰਨਾ ਹੈ? ਜਦੋਂ ਮੈਂ ਘਰ 'ਚ ਕੰਮ ਕਰ ਰਹੀ ਹਾਂ ਆਪਣੇ ਬੱਚਿਆਂ ਨਾਲ, ਜੋ ਮੇਰੇ ਨਾਲ ਹੋਰ ਕੋਈ ਕੰਮ ਕਰ ਰਹੇ ਹੈ, ਉਹਨਾਂ ਨੂੰ ਮੈਂ ਦੱਸਣਾ ਹੈ ਕਿ ਜੇ ਪਾਣੀ ਅਸੀਂ ਵਰਤ ਰਹੇ ਹਾਂ ਉਹਨੂੰ ਫੀਲ ਕਰਾਉਣਾ ਹੈ ਕਿ ਇਹ ਸਾਡਾ ਪਿਤਾ ਹੈ, ਇਹ ਧਰਤੀ 'ਚੋਂ ਜਾ ਰਿਹਾ ਹੈ। ਪੰਜਾਬ ਵਿੱਚ 2025 ਵਿੱਚ ਲਾਸਟਲੀ ਕਿਹਾ ਗਿਆ ਹੈ ਜੀ ਕਿ ਪਾਣੀ ਖਤਮ ਹੋ ਜਾਏਗਾ, ਅਤੇ ਇਹ 2025 ਬਹੁਤ ਦੂਰ ਨਹੀਂ ਹੈ, ਇਹ ਹੌਲੀ ਹੌਲੀ 2020 ਅਤੇ 2015 ਵੀ ਹੋ ਸਕਦਾ ਹੈ। ਅਤੇ ਅਸੀਂ ਐਸ ਅ ਹਿਊਮਨ ਬੀਂਗ ਅਸੀਂ ਆਪਣੀ ਆਪਣੀ ਰਿਸਪੋਂਸੀਬਿਲਿਟੀ ਲੈਣੀ ਹੈ। ਬੀਬੀਆਂ ਦਾ ਬਹੁਤ ਵੱਡਾ ਰੋਲ ਹੈ ਪਾਣੀ ਸੇਵ ਕਰਨ 'ਚ, ਜਿਹੜਾ ਆਰੋ ਦਾ ਵਾਟਰ ਯੂਜ਼ ਕਰਦੀਆਂ ਨੇ ਉਹਨੂੰ ਪੋਚੇ ਲਈ ਯੂਜ਼ ਕਰ, ਜਿਹੜਾ ਆਰੋ ਦਾ ਪਾਣੀ ਵੇਸਟ ਜਾਂਦਾ ਹੈ ਨਾ ਉਹਨੂੰ ਤੁਸੀਂ ਪੋਚੇ ਲਈ ਯੂਜ਼ ਕਰ ਸਕਦੇ ਹੋ, ਹੋਰ ਸਫਾਈਆਂ ਲਈ ਯੂਜ਼ ਕਰ ਸਕਦੇ ਹੋ। ਨੈਕਸਟ ਅਸੀਂ ਕੀ ਕਰਨਾ ਹੈ ਜੀ, ਜੇ ਅਸੀਂ ਇੰਡਸਟਰੀਅਲਿਸਟ ਹਾਂ, ਕੋਈ ਟਰਾਂਸਪੋਰਟਰ ਹੈ, ਕੋਈ ਬਿਜ਼ਨਸਮੈਨ ਹੈ, ਸਿਰਫ ਅਸੀਂ ਇਸ ਚੀਜ਼ ਨੂੰ ਆਪਣੇ ਅੰਦਰ ਦ੍ਰਿੜ ਕਰਨਾ ਹੈ ਕਿ ਮੇਰੀ ਕੀ ਰਿਸਪੋਂਸੀਬਿਲਿਟੀ ਹੈ ਆਪਣੇ ਪਿਤਾ ਦੇ ਸਨਮੁੱਖ, ਮੇਰੀ ਕੀ ਰਿਸਪੋਂਸੀਬਿਲਿਟੀ ਹੈ ਆਪਣੀ ਮਾਤਾ ਦੇ ਸਨਮੁੱਖ, ਮੈਂ ਕੀ ਕਰਨਾ ਹੈ, ਜਿਹੜਾ ਵੇਸਟ ਇੰਡਸਟਰੀਜ਼ 'ਚੋਂ ਆਉਂਦਾ ਹੈ ਉਹਨੂੰ ਮੈਂ ਸੇਫਲੀ ਡਿਸਪੋਜ਼ ਆਫ ਕਰਨਾ, ਮੈਂ ਕੋਈ ਗਲਤ ਅਜਿਹਾ ਕੰਮ ਨਹੀਂ ਕਰਨਾ ਜਿਹਦੇ ਨਾਲ ਧਰਤੀ ਮਾਤਾ ਦਾ ਨੁਕਸਾਨ ਹੋਵੇ, ਮੈਂ ਕੋਈ ਅਜਿਹਾ ਕੰਮ ਨਹੀਂ ਕਰਨਾ, ਉਹ ਗੱਡੀ ਮੈਂ ਨਹੀਂ ਚਲਾਉਣੀ ਜਿਹਦੇ ਵਿੱਚੋਂ ਜ਼ਿਆਦਾ ਧੂੰਆਂ ਨਿਕਲ ਰਿਹਾ ਹੈ, ਅਤੇ ਮੇਰੇ ਆਉਣ ਵਾਲੇ ਬੱਚਿਆਂ ਲਈ, ਜਿਨ੍ਹਾਂ ਲਈ ਮੈਂ ਪਲੋਟ ਲੈ ਰਿਹਾ ਹਾਂ, ਜਿਨ੍ਹਾਂ ਲਈ ਮੈਂ ਪੈਸਾ ਇਕੱਠਾ ਕਰ ਰਿਹਾ ਹਾਂ, ਜਿਨ੍ਹਾਂ ਦੇ ਲਈ ਮੈਂ ਇੰਸ਼ੋਰੈਂਸ ਕ੍ਰੀਏਟ ਕਰ ਰਿਹਾ ਹਾਂ, ਉਹਨਾਂ ਬੱਚਿਆਂ ਕੋਲ ਇਹ ਸਾਰਾ ਕੁਝ ਹੋਏਗਾ ਜੋ ਤੁਸੀਂ ਬਣਾ ਰਹੇ ਹੋ, ਪਰ ਉਹਨਾਂ ਕੋਲ ਪਾਣੀ ਨਹੀਂ ਹੋਏਗਾ, ਉਹਨਾਂ ਕੋਲ ਉਹ ਹਵਾ ਨਹੀਂ ਹੋਏਗੀ ਜਿਹਦੇ ਨਾਲ ਉਹ ਸਾਹ ਲੈ ਸਕਣਗੇ, ਸੋ ਇਹ ਸਾਰਾ ਕੁਝ ਬੇਮਾਇਨਾ ਹੋ ਜਾਏਗਾ। ਅਤੇ ਤੀਸਰਾ ਅਸੀਂ ਕੀ ਕਰ ਸਕਦੇ ਹਾਂ, ਇਹ ਮੈਂ ਸਾਰੇ ਰਾਗੀ ਸਿੰਘਾਂ ਨੂੰ ਅਤੇ ਮਨਪ੍ਰੀਤ ਵੀਰ ਜੀ ਨੂੰ ਵੀ ਬੇਨਤੀ ਕਰਦੀ ਹਾਂ ਕਿ ਜਦੋਂ ਅਸੀਂ ਕਿਸੇ ਗੁਰਦੁਆਰੇ ਨਾਲ ਕਨੈਕਟਡ ਹੁੰਦੇ ਹਾਂ ਤਾਂ ਸਾਡਾ ਮੈਸੇਜ ਬਹੁਤ ਦੂਰ ਦੂਰ ਤੱਕ ਜਾਂਦਾ ਹੈ। ਜੇ ਮੈਂ ਇੱਕ ਗੁਰਦੁਆਰੇ ਦਾ ਸੇਵਾਦਾਰ ਹਾਂ ਤਾਂ ਮੈਂ ਇਹ ਦੇਖਾਂ ਕਿ ਮੇਰੇ ਗੁਰਦੁਆਰੇ ਦੇ ਵਿੱਚ ਪਾਣੀ ਦੀ ਦੁਰਵਰਤੋਂ ਤਾਂ ਨਹੀਂ ਹੋ ਰਹੀ, ਇੱਥੇ ਸਟਾਇਰੋਫੋਮ ਜਾਂ ਫਿਰ ਥਰਮਾਕੋਲ ਵਰਗੀ ਚੀਜ਼ ਯੂਜ਼ ਤਾਂ ਨਹੀਂ ਹੋ ਰਹੀ। ਥਰਮਾਕੋਲ ਇੱਕ ਇਹੋ ਜਿਹੀ ਚੀਜ਼ ਹੈ ਜਿਸਦੇ ਬਾਰੇ ਲੋਕਾਂ ਨੂੰ ਨਹੀਂ ਪਤਾ, ਉਹ ਪਾਣੀ ਹਵਾ ਧਰਤੀ ਤਿੰਨਾਂ ਚੀਜ਼ਾਂ ਨੂੰ ਬਹੁਤ ਬੁਰੀ ਤਰ੍ਹਾਂ ਖਰਾਬ ਕਰ ਰਹੀ ਹੈ, ਕਿਉਂਕਿ ਇੱਕ ਤਾਂ ਗੰਦ ਪੈ ਰਿਹਾ ਹੈ, ਅਸੀਂ ਦੇਖਦੇ ਹਾਂ ਨਾ ਕਿ ਕੋਈ ਨਦੀ ਗੰਦ ਨਾਲ ਭਰੀ ਹੋਈ ਹੈ, ਅਸੀਂ ਸੋਚਦੇ ਅਸੀਂ ਨਹੀਂ ਕੀਤਾ, ਪਰ ਜਦੋਂ ਸਾਡੇ ਘਰ ਫੰਕਸ਼ਨ ਹੁੰਦਾ ਹੈ ਤਾਂ ਅਸੀਂ ਕਹਿੰਦੇ ਹਾਂ ਜੀ ਅਸੀਂ ਭਾਂਡੇ ਨਹੀਂ ਮਾਂਜਣੇ, ਅਸੀਂ ਡਿਸਪੋਜ਼ੇਬਲ ਲੈ ਆਈਏ, ਜੇ ਸਾਡੇ ਘਰ ਸਵੇਰੇ ਫਟਾਫਟ ਅੰਮ੍ਰਿਤ ਕੀਰਤਨ ਨਿਤਨੇਮ ਦਾ ਕੋਈ ਪ੍ਰੋਗਰਾਮ ਹੈ, ਅਸੀਂ ਫਟਾਫਟ ਸੋਚਦੇ ਹਾਂ ਅਸੀਂ ਡਿਸਪੋਜ਼ੇਬਲ ਲਈਏ, ਪਰ ਅਸੀਂ ਉਹ ਗੰਦ ਵਿੱਚ ਕੰਟਰੀਬਿਊਟ ਕਰ ਰਹੇ ਹਾਂ। ਅਸੀਂ ਉੱਥੇ ਦੇਖਣਾ ਹੈ ਆਪਣਾ ਰੋਲ, ਬੀਬੀਆਂ ਨੇ ਕਿ ਇਹ ਸੇਵਾ ਅਸੀਂ ਲੈਣੀ ਹੈ, ਘੱਟ ਲੰਗਰ ਬਣਾ ਲਓ, ਸਿਰਫ 2 ਚੀਜ਼ਾਂ ਬਣਾ ਲਓ ਪਰ ਭਾਂਡਿਆਂ ਦੀ ਵਰਤੋਂ ਕਰੋ। ਪਾਣੀ ਸਾਡੇ ਕੋਲ ਅਤੁੱਟ ਹੈ ਕਿਉਂਕਿ ਮੀਂਹ ਵਰਦਾ ਹੈ, ਪੰਜਾਬ ਦੇ ਵਿੱਚ ਪਾਣੀ ਹੋ ਜਾਏਗਾ ਜੇ ਅਸੀਂ ਉਹਦੀ ਸੇਫ ਯੂਜ਼ ਕਰਾਂਗੇ। ਅਤੇ ਅਸੀਂ ਕੀ ਕਰਨਾ ਹੈ, ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜੇ ਕੋਈ ਕਥਾ ਵਾਚਕ ਹੈ, ਕੋਈ ਕੀਰਤਨ ਕਰ ਰਿਹਾ ਹੈ, ਤਾਂ ਉਹਨਾਂ ਨੇ ਇਹ ਰੋਲ ਪਲੇ ਕਰਨਾ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਮੈਸੇਜ ਸਾਰੀ ਦੁਨੀਆ ਨੂੰ ਦੇਣਾ ਹੈ।
ਸਾਰੀ ਸਿੱਖ ਸੰਗਤ ਨੂੰ ਪਹੁੰਚਾਉਣਾ ਹੈ ਕਿ ਗੁਰੂ ਹਰਿਰਾਏ ਸਾਹਿਬ ਜੀ ਨੇ ਆਪਣੇ ਜੀਵਨ ਵਿੱਚ ਕੀ ਕਮਾਇਆ, ਉਹਨਾਂ ਨਾਲ ਰਿਲੇਟਡ ਸਾਖੀਆਂ, ਕੁਦਰਤ ਨਾਲ ਰਿਲੇਟਡ ਸ਼ਬਦ ਗੁਰਬਾਣੀ, ਕਿਉਂਕਿ ਅਸੀਂ ਗੁਰਬਾਣੀ ਸਾਨੂੰ ਕੁਦਰਤ ਦੇ ਨੇੜੇ ਲੈ ਕੇ ਜਾਂਦੀ ਹੈ। ਇਸ ਗੁਰਪੁਰਬ 'ਤੇ ਅਸੀਂ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ 'ਤੇ ਜਿਹੜੇ ਸ਼ਬਦ ਪੜ੍ਹਦੇ ਹਾਂ ਉਹਨਾਂ ਨਾਲ ਰਿਲੇਟਡ ਹੁੰਦੇ ਆ, ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ 'ਤੇ ਉਹਨਾਂ ਨਾਲ ਰਿਲੇਟਡ ਹੁੰਦੇ ਨੇ, ਅਤੇ ਗੁਰੂ ਹਰਿਰਾਏ ਸਾਹਿਬ ਜੀ ਦਾ ਜਿਹੜਾ ਗੁਰਪੁਰਬ ਹੈ ਉਹਦੇ 'ਤੇ ਅਸੀਂ ਕੁਦਰਤ ਨਾਲ ਰਿਲੇਟਡ ਗੁਰਬਾਣੀ ਗਾਇਨ ਕਰੀਏ, ਗੁਰਬਾਣੀ ਦਾ ਵਿਚਾਰ ਕਰੀਏ, ਤਾਂ ਕਿ ਅਸੀਂ ਉਸਨੂੰ ਆਪਣੇ ਜੀਵਨ ਦੇ ਵਿੱਚ ਢਾਲ ਸਕੀਏ। ਬਸ ਇੰਨੀ ਹੀ ਬੇਨਤੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।